ਆਸਟ੍ਰੇਲੀਆ ਧਰਤੀ ਦਾ ਸਭ ਤੋਂ ਛੋਟਾ ਮਹਾਦੀਪ ਹੈ ਤੇ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਦੇਸ਼ ਹੈ ਪਰ ਇਸ ਦੇ ਬਾਵਜੂਦ ਵੀ ਆਸਟ੍ਰੇਲੀਆ ਦੀ ਆਬਾਦੀ ਬਹੁਤ ਘੱਟ ਹੈ ਜਿੰਨੇ ਲੋਕ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ ਉਹਨੇ ਲੋਕ ਤਾਂ ਇਕੱਲੇ ਦਿੱਲੀ ਸ਼ਹਿਰ ਦੇ ਵਿੱਚ ਹੀ ਰਹਿ ਰਹੇ ਨੇ ਆਸਟ੍ਰੇਲੀਆ ਦੇ ਕੋਲ ਇੰਨਾ ਵੱਡਾ ਆਈਲੈਂਡ ਹੈ ਪਰ ਫਿਰ ਵੀ ਆਸਟ੍ਰੇਲੀਆ ਦਾ 95% ਹਿੱਸਾ ਵਿਰਾਨ ਪਿਆ ਹੈ ਯਾਨੀ ਕਿ ਖਾਲੀ ਪਿਆ ਹੈ ਤੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਜ਼ਿਆਦਾਤਰ ਲੋਕ ਰਹਿੰਦੇ ਨੇ ਉਹ ਜ਼ਿਆਦਾਤਰ ਸਮੁੰਦਰੀ ਏਰੀਏ ਦੇ ਨਾਲ ਜਿਹੜੇ ਕੋਸਟਲ ਏਰੀਆ ਲੱਗਦਾ ਹੈ ਉੱਥੇ ਹੀ ਰਹਿੰਦੇ ਨੇ ਜੇਕਰ ਆਸਟ੍ਰੇਲੀਆ ਦੀ ਅਮਰੀਕਾ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਆਸਟ੍ਰੇਲੀਆ ਦਾ ਜਿਹੜਾ ਖੇਤਰਫਲ ਹੈ ਉਹ ਅਮਰੀਕਾ ਦੇ 48 ਰਾਜਾਂ ਦੇ ਬਰਾਬਰ ਹੈ ਜਦਕਿ ਅਮਰੀਕਾ ਦੇ 48 ਰਾਜਾਂ ਦੇ ਵਿੱਚ 300 ਮਿਲੀਅਨ ਲੋਕ ਰਹਿੰਦੇ ਨੇ ਤੇ ਆਸਟ੍ਰੇਲੀਆ ਦੇ ਇੰਨੇ ਹੀ ਏਰੀਏ ਦੇ ਵਿੱਚ ਸਿਰਫ 26 ਮਿਲੀਅਨ ਲੋਕ ਰਹਿੰਦੇ ਨੇ ਆਸਟ੍ਰੇਲੀਆ ਦੇ ਵਿੱਚ ਇੰਨੀ ਜ਼ਿਆਦਾ ਜ਼ਮੀਨ ਮੌਜੂਦ ਹੈ ਜੇਕਰ ਇੱਥੋਂ ਦੇ ਹਰ ਇੱਕ ਨਾਗਰਿਕ ਨੂੰ ਜ਼ਮੀਨ ਦੇ ਦਿੱਤੀ ਜਾਵੇ ਤਾਂ ਹਰ ਇੱਕ ਨਾਗਰਿਕ ਦੇ ਹਿੱਸੇ 5-5 ਏਕੜ ਜ਼ਮੀਨ ਆ ਜਾਵੇਗੀ ਆਖਰ ਕੀ ਕਾਰਨ ਹੈ ਜਿਸ ਦੇ ਕਾਰਨ ਆਸਟ੍ਰੇਲੀਆ ਇੰਨਾ ਜ਼ਿਆਦਾ ਖਾਲੀ ਨਜ਼ਰ ਆਉਂਦਾ ਹੈ ਤੇ ਇਸ ਦੇ 95% ਹਿੱਸੇ ਦੇ ਵਿੱਚ ਕੋਈ ਵੀ ਨਹੀਂ ਰਹਿੰਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਸੋ ਆਖਰ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਆਸਟ੍ਰੇਲੀਆ ਦੇ ਵਿੱਚ ਹਜ਼ਾਰਾਂ ਸਾਲ ਪਹਿਲਾਂ ਲੋਕਾਂ ਨੇ ਆ ਕੇ ਵਸਣਾ ਸ਼ੁਰੂ ਕੀਤਾ ਸੀ ਤੇ ਸਭ ਤੋਂ ਪਹਿਲਾਂ ਇੱਥੇ ਏਸ਼ੀਅਨ ਆਏ ਸਨ ਤੇ ਫਿਰ ਹੌਲੀ ਹੌਲੀ ਇੱਥੇ ਯੂਰਪ ਤੇ ਅਮਰੀਕਾ ਤੋਂ ਆ ਕੇ ਵੀ ਲੋਕ ਰਹਿਣ ਲੱਗੇ ਆਸਟ੍ਰੇਲੀਆ ਦੇ ਨਾਲੋਂ ਜ਼ਿਆਦਾ ਆਬਾਦੀ ਤਾਂ ਦਿੱਲੀ ਟੋਕੀਓ ਨਿਊਯਾਰਕ ਤੇ ਜਕਾਰਤਾ ਵਰਗੇ ਸ਼ਹਿਰਾਂ ਦੇ ਵਿੱਚ ਰਹਿੰਦੀ ਹੈ ਇੱਥੋਂ ਤੱਕ ਕਿ ਕਈ ਛੋਟੇ ਛੋਟੇ ਆਈਲੈਂਡ ਦੇ ਉੱਪਰ ਵੀ ਆਸਟ੍ਰੇਲੀਆ ਤੋਂ ਜ਼ਿਆਦਾ ਲੋਕ ਰਹਿੰਦੇ ਨੇ ਉਦਾਹਰਨ ਦੇ ਤੌਰ ਤੇ ਤੁਸੀਂ ਜਾਵਾ ਆਈਲੈਂਡ ਨੂੰ ਦੇਖ ਸਕਦੇ ਹੋ ਇਹ ਇੰਡੋਨੇਸ਼ੀਆ ਦਾ ਇੱਕ ਆਈਲੈਂਡ ਹੈ ਤੇ ਇਸ ਛੋਟੇ ਜਿਹੇ ਆਈਲੈਂਡ ਦੇ ਉੱਪਰ ਹੀ 145 ਮਿਲੀਅਨ ਲੋਕ ਰਹਿੰਦੇ ਨੇ ਜਿਹੜਾ ਕਿ ਆਸਟ੍ਰੇਲੀਆ ਦੀ ਆਬਾਦੀ ਤੋਂ 5-6 ਗੁਣਾ ਜ਼ਿਆਦਾ ਹੈ ਤੇ ਇਕੱਲੇ ਇੰਗਲੈਂਡ ਵਿੱਚ ਹੀ ਆਸਟ੍ਰੇਲੀਆ ਦੇ ਨਾਲੋਂ 2 ਗੁਣਾ ਜ਼ਿਆਦਾ ਲੋਕ ਰਹਿੰਦੇ ਨੇ ਅਜਿਹਾ ਨਹੀਂ ਹੈ ਕਿ ਆਸਟ੍ਰੇਲੀਆ ਦੇ ਕੋਲ ਜ਼ਮੀਨ ਦੀ ਕਮੀ ਹੈ ਪਰ ਇੱਥੇ ਫਿਰ ਵੀ ਕੁਝ ਅਜਿਹੇ ਇਲਾਕੇ ਤੇ ਸ਼ਹਿਰ ਨੇ ਜਿੱਥੇ ਬਹੁਤ ਘੱਟ ਲੋਕ ਰਹਿੰਦੇ ਨੇ ਆਸਟ੍ਰੇਲੀਆ ਦੇ ਵਿੱਚ ਇੱਕ ਕਰਪਾਈ ਨਾਮ ਦਾ ਸ਼ਹਿਰ ਹੈ ਜਿੱਥੋਂ ਦੀ ਆਬਾਦੀ ਸਿਰਫ 700 ਹੈ ਆਸਟ੍ਰੇਲੀਆ ਦੀ ਸਰਕਾਰ ਵੀ ਇਸ ਸ਼ਹਿਰ ਨੂੰ ਦੁਬਾਰਾ ਵਸਾਉਣ ਦੇ ਲਈ ਤੇ ਇੱਥੋਂ ਦੀ ਆਬਾਦੀ ਵਧਾਉਣ ਦੇ ਲਈ ਹੁਣ ਕਾਫੀ ਜ਼ਿਆਦਾ ਧਿਆਨ ਦੇ ਰਹੀ ਹੈ ਇਸ ਲਈ ਆਸਟ੍ਰੇਲੀਆ ਦੀ ਸਰਕਾਰ ਇੱਥੇ ਰਹਿਣ ਦੇ ਲਈ ਲੋਕਾਂ ਨੂੰ ਮੁਫਤ ਦੇ ਵਿੱਚ ਜ਼ਮੀਨ ਵੀ ਦੇ ਰਹੀ ਹੈ ਆਸਟ੍ਰੇਲੀਆ ਦੇ ਵਿਚਕਾਰ ਈਸਟ ਪਿਲਵਾਰਾ ਨਾਮ ਦੀ ਇੱਕ ਜਗ੍ਹਾ ਹੈ ਜਿੱਥੋਂ ਦੀ ਆਬਾਦੀ ਸਿਰਫ 10,000 ਹੈ ਤੇ ਇਸ ਦੇ ਨਿਊਮੈਨ ਏਰੀਆ ਦੇ ਵਿੱਚ ਸਿਰਫ 6,000 ਲੋਕ ਰਹਿੰਦੇ ਨੇ ਆਸਟ੍ਰੇਲੀਆ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕੈਟਲ ਫਾਰਮ ਹੈ ਜਿਸ ਦਾ ਨਾਮ ਐਨਾ ਕ੍ਰੀਕ ਸਟੇਸ਼ਨ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੈਟਲ ਫਾਰਮ ਇਜ਼ਰਾਈਲ ਦੇਸ਼ ਤੋਂ ਵੀ ਜ਼ਿਆਦਾ ਵੱਡਾ ਹੈ ਤੇ ਇਸ ਨੂੰ ਕੁਝ ਲੋਕ ਮਿਲ ਕੇ ਚਲਾਉਂਦੇ ਨੇ ਇਸ ਕੈਟਲ ਫਾਰਮ ਦੇ ਵਿੱਚ 70,000 ਪਸ਼ੂਆਂ ਨੂੰ ਰੱਖਿਆ ਗਿਆ ਹੈ ਤੇ ਇਸ ਦਾ ਟੋਟਲ ਏਰੀਆ ਹੈ 23,670 ਵਰਗ ਕਿਲੋਮੀਟਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਐਸਪਨ ਤੋਂ ਕਨੂਰਾ ਤੱਕ ਦਾ ਫਾਸਲਾ ਲਗਭਗ 3200 ਕਿਲੋਮੀਟਰ ਦਾ ਹੈ ਇਹ ਫਾਸਲਾ ਉਨਾ ਹੀ ਹੈ ਜਿੰਨਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਫੈਲਿਆ ਹੋਇਆ ਹੈ ਪਰ ਆਸਟ੍ਰੇਲੀਆ ਦੇ 3200 ਕਿਲੋਮੀਟਰ ਦੇ ਏਰੀਏ ਦੇ ਵਿੱਚ ਸਿਰਫ 7,000 ਲੋਕ ਰਹਿੰਦੇ ਨੇ ਮਤਲਬ ਕਿ ਜੇਕਰ ਤੁਸੀਂ ਇੱਕ ਜਗ੍ਹਾ ਤੋਂ ਡਰਾਈਵ ਸ਼ੁਰੂ ਕਰਦੇ ਹੋ ਤੇ ਇਹ ਪੂਰਾ ਫਾਸਲਾ ਤੈਅ ਕਰਨ ਦੇ ਲਈ ਤੁਹਾਨੂੰ 35 ਘੰਟੇ ਲੱਗਣਗੇ ਤੇ ਇਹ 35 ਘੰਟਿਆਂ ਦੇ ਵਿੱਚ ਤੁਹਾਨੂੰ ਸਿਰਫ 1% ਹਿੱਸੇ ਦੇ ਉੱਪਰ ਹੀ ਆਬਾਦੀ ਮਿਲੇਗੀ ਯਾਨੀ ਕਿ 3200 ਕਿਲੋਮੀਟਰ ਦੇ ਸਫ਼ਰ ਦੇ ਦੌਰਾਨ ਤੁਹਾਨੂੰ 99% ਏਰੀਆ ਬਿਲਕੁਲ ਖਾਲੀ ਮਿਲੇਗਾ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਆਸਟ੍ਰੇਲੀਆ ਕਿੰਨਾ ਜ਼ਿਆਦਾ ਖਾਲੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਫੈਕਟ ਦੇ ਬਾਰੇ ਜਿਸ ਦੇ ਵਿੱਚ ਆਪਾਂ ਪਤਾ ਕਰਾਂਗੇ ਕਿ ਆਸਟ੍ਰੇਲੀਆ ਦਾ ਇੰਨਾ ਹਿੱਸਾ ਖਾਲੀ ਕਿਉਂ ਪਿਆ ਹੈ ਅਸਲ ਦੇ ਵਿੱਚ ਆਸਟ੍ਰੇਲੀਆ ਪੂਰਾ ਖਾਲੀ ਨਹੀਂ ਹੈ ਇਸ ਦੇ ਜਿਹੜੇ ਮੇਨ ਸ਼ਹਿਰ ਨੇ ਜਿਵੇਂ ਕਿ ਮੈਲਬੌਰਨ ਹੋ ਗਿਆ ਸਿਡਨੀ ਹੋ ਗਿਆ ਬ੍ਰੈਸਬੇਨ ਹੋ ਗਿਆ ਉਹਨਾਂ ਦੇ ਵਿੱਚ ਠੀਕ ਠਾਕ ਆਬਾਦੀ ਹੈ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਵਿੱਚ 1 ਕਿਲੋਮੀਟਰ ਦੇ ਵਿੱਚ 8,040 ਲੋਕ ਰਹਿੰਦੇ ਨੇ ਤੇ ਇਹ ਸ਼ਹਿਰਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਚਹਿਲ ਪਹਿਲ ਦੇਖਣ ਨੂੰ ਮਿਲੇਗੀ ਜਦੋਂ ਤੁਸੀਂ ਆਸਟ੍ਰੇਲੀਆ ਦੇ ਇਹਨਾਂ ਸ਼ਹਿਰਾਂ ਦੇ ਵਿੱਚ ਵਿਚਰੋਗੇ ਤਾਂ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਇਹ ਦੇਸ਼ ਦਾ 95% ਹਿੱਸਾ ਬਿਲਕੁਲ ਖਾਲੀ ਪਿਆ ਹੈ ਅਸਲ ਦੇ ਵਿੱਚ ਆਸਟ੍ਰੇਲੀਆ ਦਾ ਜ਼ਿਆਦਾਤਰ ਹਿੱਸਾ ਜੰਗਲਾਂ ਤੇ ਮਾਰੂਥਲ ਦੇ ਨਾਲ ਘਿਰਿਆ ਹੋਇਆ ਹੈ ਜੇਕਰ ਅਸੀਂ ਆਸਟ੍ਰੇਲੀਆ ਦੇ ਕੁਝ ਕੋਸਟਲ ਏਰੀਆ ਨੂੰ ਛੱਡ ਦਈਏ ਤਾਂ ਬਾਕੀ ਏਰੀਆ ਦੇ ਵਿੱਚ ਸਾਨੂੰ ਮਾਰੂਥਲ ਹੀ ਮਿਲੇਗਾ ਇਹਨਾਂ ਮਾਰੂਥਲ ਖੇਤਰਾਂ ਦੇ ਵਿੱਚ ਬਹੁਤ ਘੱਟ ਬਾਰਿਸ਼ ਦੇਖਣ ਨੂੰ ਮਿਲਦੀ ਹੈ ਤੇ ਇੱਥੇ ਸਾਰਾ ਸਾਲ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਆਸਟ੍ਰੇਲੀਆ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਹਨਾਂ ਥਾਵਾਂ ਦੇ ਉੱਪਰ ਆ ਕੇ ਹਵਾ ਦੀ ਸਪੀਡ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਤੇ ਜਦੋਂ ਹਵਾ ਦੀ ਸਪੀਡ ਘੱਟ ਜਾਂਦੀ ਹੈ ਤਾਂ ਉਸ ਜਗ੍ਹਾ ਦੇ ਉੱਪਰ ਬੱਦਲ ਨਹੀਂ ਪਹੁੰਚ ਪਾਉਂਦੇ ਜਿਸ ਕਾਰਨ ਇੱਥੇ ਮੀਂਹ ਨਹੀਂ ਪੈਂਦੇ ਤੇ ਇੱਥੇ ਬਹੁਤ ਘੱਟ ਲੋਕ ਰਹਿੰਦੇ ਨੇ ਅਸਲ ਦੇ ਵਿੱਚ ਆਸਟ੍ਰੇਲੀਆ ਅੰਟਾਰਕਟਿਕਾ ਦੇ ਕੋਲ ਵਸਿਆ ਹੋਇਆ ਹੈ ਅੰਟਾਰਕਟਿਕਾ ਤੋਂ ਹਵਾ ਤਾਂ ਚੱਲਦੀ ਹੈ ਪਰ ਉਹ ਆਸਟ੍ਰੇਲੀਆ ਦੇ ਕੋਸਟਲ ਰੀਜਨ ਤੱਕ ਹੀ ਪਹੁੰਚ ਪਾਉਂਦੀ ਹੈ ਇਸ ਦੇ ਕਾਰਨ ਹੀ ਆਸਟ੍ਰੇਲੀਆ ਦੀ ਜ਼ਿਆਦਾਤਰ ਆਬਾਦੀ ਇਸ ਦੇ ਵੈਸਟਰਨ ਏਰੀਆ ਦੇ ਵਿੱਚ ਰਹਿੰਦੀ ਹੈ ਤੁਸੀਂ ਆਸਟ੍ਰੇਲੀਆ ਦੇ ਮੈਪ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਆਸਟ੍ਰੇਲੀਆ ਦੇ ਜ਼ਿਆਦਾਤਰ ਲੋਕ ਇੱਥੋਂ ਦੇ ਵੈਸਟਰਨ ਏਰੀਆ ਦੇ ਵਿੱਚ ਹੀ ਰਹਿੰਦੇ ਨੇ ਉੱਥੇ ਆਪਾਂ ਜੇਕਰ ਆਸਟ੍ਰੇਲੀਆ ਦੇ ਈਸਟ ਏਰੀਆ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਜ਼ਿਆਦਾ ਵੱਡੇ ਵੱਡੇ ਅਤੇ ਉੱਚੇ ਪਹਾੜ ਨੇ ਇਹਨਾਂ ਪਹਾੜਾਂ ਦੀ ਉਚਾਈ ਬਹੁਤ ਜ਼ਿਆਦਾ ਹੈ ਤੁਹਾਨੂੰ ਯੂਰਪ ਅਤੇ ਅਮਰੀਕਾ ਦੇ ਵਿੱਚ ਵੀ ਇੰਨੇ ਉੱਚੇ ਪਹਾੜ ਦੇਖਣ ਨੂੰ ਨਹੀਂ ਮਿਲਣਗੇ ਜਿੰਨੇ ਆਸਟ੍ਰੇਲੀਆ ਦੀ ਈਸਟ ਸਾਈਡ ਦੇ ਉੱਪਰ ਮੌਜੂਦ ਨੇ ਇਹਨਾਂ ਪਹਾੜਾਂ ਦੇ ਕਾਰਨ ਜਿਹੜੇ ਬੱਦਲ ਨੇ ਉਹ ਆਸਟ੍ਰੇਲੀਆ ਦੇ ਵਿਚਕਾਰ ਨਹੀਂ ਪਹੁੰਚ ਪਾਉਂਦੇ ਕਿਉਂਕਿ ਇਹ ਪਹਾੜ ਬੱਦਲਾਂ ਦਾ ਰਾਸਤਾ ਰੋਕ ਦਿੰਦੇ ਨੇ ਆਸਟ੍ਰੇਲੀਆ ਦੇ ਜ਼ਿਆਦਾਤਰ ਏਰੀਆ ਦਾ ਖਾਲੀ ਹੋਣ ਦਾ ਕਾਰਨ ਇਹ ਵੀ ਹੈ ਕਿ ਇੱਥੋਂ ਦਾ ਜਿਹੜਾ ਤਾਪਮਾਨ ਹੈ ਉਹ ਕਾਫੀ ਜ਼ਿਆਦਾ ਅਸਥਿਰ ਰਹਿੰਦਾ ਹੈ ਆਸਟ੍ਰੇਲੀਆ ਦੇ ਵਿੱਚ ਸਰਦੀਆਂ ਦੇ ਦੌਰਾਨ ਇੱਥੋਂ ਦਾ ਤਾਪਮਾਨ -15 ਤੱਕ ਪਹੁੰਚ ਜਾਂਦਾ ਹੈ ਤੇ ਗਰਮੀਆਂ ਦੇ ਦੌਰਾਨ ਇੱਥੋਂ ਦਾ ਤਾਪਮਾਨ 18 ਡਿਗਰੀ ਤੋਂ ਲੈ ਕੇ
ਇੱਥੇ ਇੱਕ ਦੋ ਦਿਨਾਂ ਦੇ ਵਿੱਚ ਹੀ ਇੰਨਾ ਜ਼ਿਆਦਾ ਮੀਂਹ ਪੈ ਜਾਂਦਾ ਹੈ ਜਿੰਨਾ ਮੀਂਹ ਪੂਰੇ ਲੰਡਨ ਦੇ ਵਿੱਚ ਇੱਕ ਸਾਲ ਦੇ ਵਿੱਚ ਪੈਂਦਾ ਹੈ ਤੇ ਜੇਕਰ ਉਸ ਸਮੇਂ ਕੋਈ ਇਹਨਾਂ ਏਰੀਆ ਦੇ ਵਿੱਚ ਰਹਿੰਦਾ ਹੋਵੇ ਤਾਂ ਉਸ ਦਾ ਬਚਣਾ ਲਗਭਗ ਨਾਮੁਮਕਿਨ ਹੈ। ਆਸਟ੍ਰੇਲੀਆ ਵਿੱਚ ਲੋਕਾਂ ਦੀ ਬਹੁਤ ਘੱਟ ਆਬਾਦੀ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇੱਥੇ ਨਦੀਆਂ ਬਹੁਤ ਘੱਟ ਨੇ। ਇਕੱਲੇ ਛੋਟੇ ਜਿਹੇ ਦੇਸ਼ ਬੰਗਲਾਦੇਸ਼ ਦੇ ਵਿੱਚ ਹੀ 800 ਤੋਂ ਜ਼ਿਆਦਾ ਨਦੀਆਂ ਨੇ ਤੇ ਇੰਨੇ ਵੱਡੇ ਆਸਟ੍ਰੇਲੀਆ ਦੇ ਵਿੱਚ ਸਿਰਫ 439 ਨਦੀਆਂ ਵਹਿੰਦੀਆਂ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਛੋਟੀਆਂ ਨੇ, ਜਿਸ ਕਾਰਨ ਇਹਨਾਂ ਨਦੀਆਂ ਦੇ ਵਿੱਚ ਪਾਣੀ ਦੀ ਸਮਰੱਥਾ ਵੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਪੂਰੇ ਆਸਟ੍ਰੇਲੀਆ ਦੇ ਵਿੱਚ ਪਾਣੀ ਦਾ ਮੁੱਖ ਸਰੋਤ ਮਰੀ ਡਾਰਲਿੰਗ ਰਿਵਰ ਬੇਸਨ ਹੈ। ਜੇਕਰ ਤੁਸੀਂ ਗੌਰ ਕਰੋਗੇ ਮੈਲਬੌਰਨ, ਸਿਡਨੀ ਅਤੇ ਬ੍ਰਿਸਬੇਨ ਇਹ ਸਾਰੇ ਸ਼ਹਿਰ ਇਸ ਬੇਸਨ ਦੇ ਆਲੇ ਦੁਆਲੇ ਹੀ ਮੌਜੂਦ ਨੇ। ਇੱਥੇ ਸਾਰਾ ਸਾਲ ਚੰਗੀ ਬਾਰਿਸ਼ ਹੁੰਦੀ ਹੈ ਤੇ ਚੰਗੀ ਬਾਰਿਸ਼ ਹੋਣ ਦੇ ਕਾਰਨ ਇੱਥੋਂ ਦੀ ਜ਼ਮੀਨ ਵੀ ਕਾਫੀ ਜ਼ਿਆਦਾ ਉਪਜਾਊ ਹੈ। ਇੱਥੇ ਮੌਸਮ ਸਾਰਾ ਸਾਲ ਹੀ ਕਾਫੀ ਜ਼ਿਆਦਾ ਵਧੀਆ ਬਣਿਆ ਰਹਿੰਦਾ ਹੈ, ਇਸ ਕਰਕੇ ਜ਼ਿਆਦਾਤਰ ਲੋਕ ਇਹਨਾਂ ਏਰੀਆ ਦੇ ਵਿੱਚ ਰਹਿਣਾ ਹੀ ਜਾਂ ਇਹਨਾਂ ਸ਼ਹਿਰਾਂ ਦੇ ਵਿੱਚ ਰਹਿਣਾ ਹੀ ਪਸੰਦ ਕਰਦੇ ਨੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪੂਰੇ ਆਸਟ੍ਰੇਲੀਆ ਦੀ ਸਿਰਫ 6% ਜ਼ਮੀਨ ਹੀ ਉਪਜਾਊ ਹੈ। ਤੁਹਾਨੂੰ ਇਹ ਜ਼ਮੀਨ ਬਹੁਤ ਘੱਟ ਲੱਗ ਸਕਦੀ ਹੈ ਪਰ ਆਸਟ੍ਰੇਲੀਆ ਦੇ ਲਈ ਇੰਨੀ ਜ਼ਿਆਦਾ ਉਪਜਾਊ ਜ਼ਮੀਨ ਵੀ ਬਹੁਤ ਜ਼ਿਆਦਾ ਹੈ ਤੇ ਆਸਟ੍ਰੇਲੀਆ ਦੇ ਲੋਕ ਇੰਨੀ 6% ਜ਼ਮੀਨ ਦੇ ਉੱਪਰ ਵੀ ਪੂਰੀ ਖੇਤੀ ਨਹੀਂ ਕਰ ਪਾਉਂਦੇ ਕਿਉਂਕਿ ਆਸਟ੍ਰੇਲੀਆ ਦਾ ਏਰੀਆ ਬਹੁਤ ਜ਼ਿਆਦਾ ਵੱਡਾ ਹੈ। ਉਸ ਹਿਸਾਬ ਦੇ ਨਾਲ 6% ਜ਼ਮੀਨ ਕਾਫੀ ਜ਼ਿਆਦਾ ਹੋ ਜਾਂਦੀ ਹੈ। ਆਸਟ੍ਰੇਲੀਆ ਦੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਘਰਾਂ ਦਾ ਜਿਹੜਾ ਕਿਰਾਇਆ ਜਾਂ ਕਹੀਏ ਜਿਹੜਾ ਉੱਥੋਂ ਦਾ ਰੈਂਟ ਹੈ ਉਹ ਕਾਫੀ ਜ਼ਿਆਦਾ ਹੈ ਦੂਜੇ ਦੇਸ਼ਾਂ ਦੇ ਮੁਕਾਬਲੇ, ਇਸ ਕਰਕੇ ਦੂਜੇ ਦੇਸ਼ਾਂ ਤੋਂ ਲੋਕ ਇੱਥੇ ਆ ਕੇ ਵਸਣਾ ਘੱਟ ਪਸੰਦ ਕਰਦੇ ਨੇ। ਜੇਕਰ ਹੁਣ ਆਪਾਂ ਵਾਈਲਡ ਲਾਈਫ ਦੀ ਗੱਲ ਕਰੀਏ ਤਾਂ ਜਿੰਨੇ ਦੁਨੀਆ ਦੇ ਵਿੱਚ ਸੱਪ ਪਾਏ ਜਾਂਦੇ ਨੇ ਉਹਨਾਂ ਦੇ ਵਿੱਚੋਂ 15% ਸੱਪ ਤਾਂ ਇਕੱਲੇ ਆਸਟ੍ਰੇਲੀਆ ਦੇ ਵਿੱਚ ਮੌਜੂਦ ਨੇ ਤੇ ਆਸਟ੍ਰੇਲੀਆ ਨੂੰ ਕੰਗਾਰੂਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ 4 ਕਰੋੜ ਤੋਂ ਵੱਧ ਕੰਗਾਰੂ ਮੌਜੂਦ ਨੇ ਤੇ ਕੰਗਾਰੂ ਆਸਟ੍ਰੇਲੀਆ ਦਾ ਨੈਸ਼ਨਲ ਜਾਨਵਰ ਵੀ ਹੈ। ਇਸ ਤੋਂ ਬਿਨਾਂ ਤੁਹਾਨੂੰ ਆਸਟ੍ਰੇਲੀਆ ਵਿੱਚ ਡੋਲਫਿਨ, ਪੈਂਗੂਇਨ, ਹੀ ਟਾਈਗਰ ਅਤੇ ਈਗਲ ਵਰਗੇ ਜੀਵ ਵੀ ਦੇਖਣ ਨੂੰ ਮਿਲ ਜਾਣਗੇ। ਆਸਟ੍ਰੇਲੀਆ ਵਿੱਚ ਭੇਡਾਂ ਦੀ ਸੰਖਿਆ ਕਾਫੀ ਜ਼ਿਆਦਾ ਹੈ ਤੇ ਨਾਲ ਹੀ ਇੱਥੇ ਊਠ ਵੀ ਕਾਫੀ ਜ਼ਿਆਦਾ ਸੰਖਿਆ ਦੇ ਵਿੱਚ ਪਾਏ ਜਾਂਦੇ ਨੇ। ਆਸਟ੍ਰੇਲੀਆ ਭੇਡਾਂ ਤੇ ਊਠਾਂ ਦਾ ਬਹੁਤ ਵੱਡਾ ਨਿਰਯਾਤਕ ਹੈ। ਇਹ ਸਾਊਦੀ ਅਰਬ ਨੂੰ ਕਾਫੀ ਜ਼ਿਆਦਾ ਊਠਾਂ ਦਾ ਮਾਸ ਵੀ ਵੇਚਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇੰਨੀ ਘੱਟ ਆਬਾਦੀ ਵਾਲੇ ਕਿਸੇ ਦੇਸ਼ ਦੇ ਵਿੱਚ ਰਹਿਣ ਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਫਾਇਦਿਆਂ ਦੀ ਗੱਲ ਕਰਦੇ ਹਾਂ। ਘੱਟ ਆਬਾਦੀ ਦੇ ਕਾਰਨ ਆਸਟ੍ਰੇਲੀਆ ਦੇ ਵਿੱਚ ਨੌਕਰੀਆਂ ਕਾਫੀ ਜ਼ਿਆਦਾ ਨੇ ਤੇ ਵਧੀਆ ਸੈਲਰੀ ਵੀ ਦਿੰਦੇ ਨੇ। ਇਸ ਕਰਕੇ ਆਸਟ੍ਰੇਲੀਆ ਦੇ ਲੋਕਾਂ ਦਾ ਲਾਈਫ ਸਟਾਈਲ ਕਾਫੀ ਜ਼ਿਆਦਾ ਵਧੀਆ ਹੁੰਦਾ ਹੈ। ਜੇਕਰ ਆਪਾਂ ਇਸ ਦੇ ਨੁਕਸਾਨਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਕਾਫੀ ਜ਼ਿਆਦਾ ਲੋਕ ਰਹਿੰਦੇ ਨੇ, ਜਿਸ ਕਾਰਨ ਉੱਥੇ ਕਾਫੀ ਜ਼ਿਆਦਾ ਭੀੜ ਭਾੜ ਹੁੰਦੀ ਹੈ ਤੇ ਮਹਿੰਗਾਈ ਜ਼ਿਆਦਾ ਹੁੰਦੀ ਹੈ। ਤੇ ਜੇਕਰ ਤੁਸੀਂ ਆਸਟ੍ਰੇਲੀਆ ਦੇ ਮੁੱਖ ਸ਼ਹਿਰਾਂ ਤੋਂ ਬਾਹਰ ਆਉਂਦੇ ਹੋ ਤਾਂ ਤੁਹਾਨੂੰ ਨੈਟਵਰਕ ਦੀ ਸਮੱਸਿਆ ਵੀ ਮਿਲੇਗੀ। ਆਸਟ੍ਰੇਲੀਆ ਦੇ ਵਿੱਚ ਰੋਡ ਤੇ ਚੱਲਦੇ ਹੋਏ ਤੁਹਾਨੂੰ ਥਾਂ-ਥਾਂ ਤੇ ਸਾਈਨ ਲੱਗੇ ਮਿਲ ਜਾਣਗੇ ਕਿ ਅੱਗੇ ਸਲੋ ਨੈਟਵਰਕ ਏਰੀਆ ਹੈ ਕਿਉਂਕਿ ਆਸਟ੍ਰੇਲੀਆ ਦਾ ਏਰੀਆ ਬਹੁਤ ਜ਼ਿਆਦਾ ਵੱਡਾ ਹੈ। ਇਸ ਕਰਕੇ ਇੱਥੇ ਥਾਂ-ਥਾਂ ਦੇ ਉੱਪਰ ਮੋਬਾਈਲ ਟਾਵਰ ਨਹੀਂ ਲਗਾਏ ਜਾ ਸਕਦੇ ਕਿਉਂਕਿ ਇੱਥੇ ਆਬਾਦੀ ਬਿਲਕੁਲ ਵੀ ਨਾ ਦੇ ਬਰਾਬਰ ਹੈ। ਇਸ ਕਰਕੇ ਜੇਕਰ ਕੋਈ ਇਹਨਾਂ ਰਾਹਾਂ ਦੇ ਉੱਤੇ ਜਾਂਦਾ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਉਸ ਦੇ ਲਈ ਇਹ ਸਮੱਸਿਆ ਕਾਫੀ ਜ਼ਿਆਦਾ ਵੱਡੀ ਬਣ ਜਾਂਦੀ ਹੈ। ਇਸ ਜੀ ਆਸਟ੍ਰੇਲੀਆ ਬਾਰੇ ਕੁਝ ਜਾਣਕਾਰੀ ਕਿ ਆਸਟ੍ਰੇਲੀਆ ਦਾ 95% ਹਿੱਸਾ ਕਿਉਂ ਖਾਲੀ ਪਿਆ ਹੈ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਮ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।